ਬਾਬਾ ਨਨ ਸਿੰਘ ਜੀ ਦਾ 441ਵਾਂ ਬਚਨ ਸਾਧ ਸੰਗਤ ਦੀ ਚਰਨ ਤੋੜ ਨਾਲ ਮਾੜੀਆਂ ਰਖਾਵਾਂ ਵੀ ਬਦਲ ਜਾਂਦੀਆਂ ਹਨ ਬਾਬਾ ਨਨ ਸਿੰਘ ਜੀ ਦਾ 442ਵਾਂ ਬਚਨ ਝੋਲੀ ਸਭ ਦੀ ਪਰਦੀ ਹੈ ਖਾਲੀ ਕੋਈ ਨਹੀਂ ਜਾਂਦਾ ਪਰ ਗੁਰੂ ਦਾ ਸਿੱਖ ਗੁਰੂ ਨਾਨਕ ਦਾ ਦਰ ਨਾ ਛੱਡੇ ਕਹਲਾ ਨਾ ਪਵੇ ਤੇ ਹੰਕਾਰ ਨਾ ਕਰੇ ਬਾਬਾ ਨਨ ਸਿੰਘ ਜੀ ਦਾ 443ਵਾਂ ਬਚਨ ਜਦੋਂ ਵਾਹਿਗੁਰੂ ਦਰਵਾਜ਼ੇ ਖੋਲਦਾ ਏ ਫੇਰ ਕਿਸੇ ਗੱਲ ਦੀ ਥੋੜ੍ਹ ਨਹੀਂ ਰਹਿੰਦੀ ਬਾਬਾ ਨਨ ਸਿੰਘ ਜੀ ਦਾ 444ਵਾਂ ਬਚਨ ਜਦੋਂ ਮਹਾਪੁਰਖਾਂ ਦੇ ਦਰਸ਼ਨ ਹੋਣ ਤਾਂ ਸਮਝੋ ਸਾਹਿਬ ਤੁਠਾ ਤੇ ਜਦੋਂ ਕਿਸੇ ਕੁਸੰਗੀ ਦਾ ਮੇਲ ਹੋਵੇ ਤਾਂ ਸਮਝੋ ਸਾਹਿਬ ਰੁੱਠਾ ਬਾਬਾ ਨਨ ਸਿੰਘ ਜੀ ਦਾ 445ਵਾਂ ਬਚਨ ਇੱਕ ਘੜੀ ਦਾ ਸਤ ਸੰਗ ਸੋ ਵਰਿਆਂ ਦੀ ਬੰਦਗੀ ਦੋਨੋਂ ਬਰਾਬਰ ਹਨ ਬਾਬਾ ਨਨ ਸਿੰਘ ਜੀ ਦਾ 446ਵਾਂ ਬਚਨ ਭਾਈ ਪੁੰਨਿਆ ਵਾਲੇ ਦਿਨ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦਾ ਖਜ਼ਾਨਾ ਲੈ ਕੇ ਕਲਯੁੱਗੀ ਜੀਵਾਂ ਨੂੰ ਤਾਰਨ ਵਾਸਤੇ ਆਏ ਹਨ ਪਾਠ ਕਰਕੇ ਆਪਣੇ ਪੁੰਨ ਵਧਾਓ